ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਤੁਸੀਂ ਸਾਰੇ ਜਿਵੇਂ ਜਾਣਦੇ ਹੀ ਆ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਐਨ ਜੀ ਓ ਸੁਸਾਇਟੀ ਤੋਂ ਅਸੀਂ ਹੈਗੇ ਹਾਂ ਸਾਰੇ। ਕਿ ਵੀਰਿੰਦਰ ਗਰੇਵਾਲਾ, ਮੈਂ ਗੁਰਪ੍ਰੀਤ ਸਿੰਘ ਹਾਂ ਜੀ। ਇਹ ਵੀਰ ਸਾਡੇ ਬੈਠੇ ਆ ਜੀ, ਜਿਹੜੇ ਵਕਤ ਦੇ ਮਾਰੇ ਹੋਏ ਲੋੜਵੰਦ ਵੀਰ ਸਾਡੇ ਕੋਲ ਆਏ ਹੋਏ ਆ। ਅਤੇ ਇਹਨਾਂ ਦਾ ਇਲਾਜ ਚੱਲਦਾ, ਜਿਹੜੇ ਵੀਰਾਂ ਦਾ ਸਾਰਿਆਂ ਦਾ ਸਾਡੇ ਕੋਲ ਰਹਿ ਰਹੇ ਆ। ਅਤੇ ਅਸੀਂ ਮਿਸਤਰੀ ਦਾ ਕੰਮ ਸਾਡੇ ਚੱਲਦਾ, ਅਸੀਂ ਇੱਦਾਂ ਹੁਣ ਤਰਪਾਲਾਂ ਲਗਾ ਕੇ ਸਾਰਿਆਂ ਦਾ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਜੀ। ਥੋੜ੍ਹਾ ਜਿਹਾ ਕੁਛ ਕਰ ਰਹੇ ਹਾਂ, ਮੀਂਹ ਅੱਜ ਮੌਸਮ ਕਰਕੇ ਬੜੀ ਪ੍ਰੋਬਲਮ ਆਈ ਹੋਈ ਹੈ। ਮੌਸਮ ਕਰਕੇ ਅਸੀਂ ਸਾਰੇ ਤਰਪਾਲਾਂ ਪਾ ਕੇ ਮਾੜਾ ਮੋਟਾ ਬੈਠਣ ਦਾ ਇੰਤਜ਼ਾਮ ਕਰ ਰਹੇ ਹਾਂ, ਕਿਉਂਕਿ ਸਾਡੇ ਇੱਕ ਤਾਂ ਲੇਬਰ ਦੀ ਕਮੀ ਹੋਣ ਕਰਕੇ ਪਾ ਨਹੀਂ ਸਕੇ। ਸ਼ੈੱਡ ਤਾਂ ਹੁਣ ਨੂੰ ਪੈ ਜਾਣਾ ਸੀ ਸਾਡਾ, ਪਰ ਲੇਬਰ ਦੀ ਕਾਫੀ ਕਮੀ ਸੀਗੀ, ਕਿਉਂਕਿ ਇੱਕ ਤਾਂ ਪਿੱਛੇ ਜਿਹੜੇ ਆਪਣੇ ਸਾਰੇ ਪ੍ਰਵਾਸੀ ਮਜ਼ਦੂਰ ਆਉਂਦੇ, ਉਹਨਾਂ ਦੀ ਛੱਟ ਪੂਜਾ ਚੱਲਦੀ, ਸਾਰੇ ਉੱਧਰ ਚਲੇ ਗਏ। ਮਿਸਤਰੀ ਕਾਫੀ ਦਿਨ ਬੰਦ ਰਹੇ, ਅਸੀਂ ਲੱਭਦੇ ਰਹੇ। ਅਤੇ ਕੁਛ ਹੋਰ ਪ੍ਰੋਬਲਮ ਕਰਕੇ ਇੱਕ ਸਾਡੇ ਕੋਲ ਤਿੰਨ ਚਾਰ ਵੀਰ ਬੜੀ ਮਾੜੀ ਹਾਲਤ ਦੇ ਵਿੱਚ ਸੀਗੇ, ਆਏ ਹੋਏ ਹੋਸਪਿਟਲ ਦੇ ਵਿੱਚ ਸੀਗੇ। ਅਤੇ ਜਿਵੇਂ ਆਹ ਬੈਠੇ ਵੀਰ ਸਾਡੇ ਅੰਦਰ ਤੰਬੂ 'ਚ, ਸਾਡਾ ਤਰਸੇਮ ਸਿੰਘ ਜੀ, ਸਾਰੇ ਜਾਣਦੇ ਹੀ ਆ ਜੀ। ਇਹ ਬਾਬਾ ਜੀ ਵਹਿਬਲ ਕਲਾਂ ਤੋਂ ਆਏ ਆ ਜੀ, ਗੁਰਦੇਵ ਸਿੰਘ ਜੀ ਬਾਬਾ ਜੀ। ਅਤੇ ਉਹ ਬਾਬਾ ਜੀ ਪ੍ਰੇਮ ਸ਼ਾਹ ਜੀ, ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਹੁਣ ਅੱਗੇ ਨੂੰ ਬਹੁਤ ਠੀਕ ਆ, ਇਲਾਜ ਚੱਲ ਰਿਹਾ ਵਾ। ਅਤੇ ਇੱਦਾਂ ਹੀ ਇੱਧਰ ਆ ਬਾਬਾ ਜੀ ਸਾਡੇ, ਅਜੇਕਾ ਹੋਰ ਤੰਬੂ ਲਾਇਆ ਹੋਇਆ। ਇੱਥੇ ਬਾਬਾ ਗੁਜਰਾਤ ਸਿੰਘ ਜੀ ਆ ਜੀ ਸਾਡੇ, ਅਤੇ ਬਾਬਾ ਜੀ ਕੇਸਰ ਰਾਜਪੂਤ ਜੀ, ਉਹ ਬਾਬਾ ਕਾਕਾ ਸਿੰਘ ਜੀ ਪਏ ਆ ਜੀ ਸਾਡੇ, ਜਿਹੜੇ ਟਰੱਕ ਯੂਨੀਅਨ ਜਗਰਾਉਂ ਤੋਂ ਆਏ ਸੀਗੇ। ਅਤੇ ਇੱਦਾਂ ਹੀ ਸਾਰੇ ਵੀਰ ਅਸੀਂ ਟਾਈਮ ਕੱਟ ਰਹੇ ਹਾਂ ਜੀ, ਥੋੜ੍ਹਾ ਜਿਹਾ ਸਮਾਂ ਔਖਾ ਹੀ ਆ, ਬਾਰਿਸ਼ ਦਾ ਟਾਈਮ ਆ, ਮੌਸਮ ਬਹੁਤ ਖਰਾਬ ਹੋ ਗਿਆ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਅੱਗੇ ਵੀ ਹਜੇ ਪੰਜ ਚਾਰ ਦਿਨ ਮੀਂਹ ਨਾ ਆਵੇ, ਪੰਜ ਪਾਲਾਂ ਵਗੈਰਾ ਪਾ ਕੇ ਇੰਤਜ਼ਾਮ ਕਰ ਰਹੇ ਹਾਂ। ਇੱਕ ਜਿਹੜੇ ਸਾਡੇ ਕਾਫੀ ਮਾੜੀ ਹਾਲਤ ਦੇ ਵਿੱਚ ਸੀਗੇ ਬਜ਼ੁਰਗ, ਉਹਨਾਂ ਨੂੰ ਰਾਤ ਦੀ ਛੁੱਟੀ ਕਰਵਾ ਕੇ ਲੈ ਕੇ ਆਏ ਹਾਂ, ਅਤੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਵਾਂ ਜੀ। ਇਹ ਸਾਡੇ ਬੈਠੇ ਨੇ ਹਰਿੰਦਰ ਜੀ, ਇਹਨਾਂ ਨੂੰ ਅੱਖਾਂ ਦੀ ਪ੍ਰੋਬਲਮ ਆ, ਪਰ ਹੁਣ ਠੀਕ ਆ ਕਾਫੀ ਅੱਗੇ ਨਾਲੋਂ। ਅਤੇ ਇਹ ਬਾਬਾ ਜੀ ਆ ਸਾਡੇ ਜੀ, ਜਿਹੜੇ ਤੁਸੀਂ ਪਹਿਲਾਂ ਵੀ ਦੇਖਿਆ ਪਟਿਆਲੇ ਤੋਂ ਛੱਡ ਕੇ ਗਏ ਆ ਵੀਰ ਰਘੂਨਾਥ ਸਿੰਘ ਜੀ। ਇਹਨਾਂ ਦਾ ਇਲਾਜ, ਦੁਪੱਟੀਆਂ ਵਗੈਰਾ ਦੀ ਸੇਵਾ ਮਨਪ੍ਰੀਤ ਦਾ ਜੀ ਲੜਕਾ ਇਹ ਕਰਦਾ ਸਾਰੀ ਸਾਡੇ। ਇਹਨਾਂ ਦੇ ਪੈਰ ਦੇ ਵਿੱਚ ਬਹੁਤ ਜ਼ਿਆਦਾ ਕੀੜੇ ਸੀਗੇ ਜੀ, ਹੁਣ ਕੀੜੇ ਤਾਂ ਬਹੁਤ ਜ਼ਿਆਦਾ ਖਤਮ ਹੋ ਗਿਆ, ਪਰ ਇਹਨਾਂ ਦੇ ਪੱਟੀਆਂ ਹੋਣੀਆਂ। ਹੁਣ ਹੋਸਪਿਟਲ ਐਡਮਿਟ ਸੀ 4-5 ਦਿਨਾਂ ਤੋਂ, ਪਿਛਲੇ 7 ਦਿਨਾਂ ਤੋਂ ਪੈ ਜਾਣ। ਅਤੇ ਰਾਤ ਅਸੀਂ ਛੁੱਟੀ ਕਰਵਾ ਕੇ ਲੈ ਕੇ ਆਏ ਹਾਂ, ਕਿਉਂਕਿ ਡਾਕਟਰ ਸਾਹਿਬ ਵੀ ਉੱਥੇ ਕਹਿੰਦੇ ਪੱਟੀਆਂ ਹੀ ਹੋਣੀਆਂ ਹੁਣ, ਜੇ ਅਸੀਂ ਪੱਟੀਆਂ ਇੱਥੇ ਸਫਾਈ ਕਰਕੇ 3 ਟਾਈਮ ਕਰਦੇ ਹਾਂ, ਅਤੇ ਉਹ ਜਿੰਨਾ ਚਿਰ ਜ਼ਖਮ ਪੂਰਾ ਸਾਫ਼ ਨਹੀਂ ਹੁੰਦਾ ਉਨਾ ਚਿਰ ਇਹਨਾਂ ਦਾ ਆਪਰੇਸ਼ਨ ਹੋ ਨਹੀਂ ਸਕਦਾ ਜੀ। ਅਤੇ ਇਵੇਂ ਹੀ ਆਹ ਵੀਰ ਆ ਸਾਡਾ ਹਰਿੰਦਰ ਕੁਮਾਰ, ਅਤੇ ਇਹ ਹੱਥ ਦੇ ਵਿੱਚ ਕੀੜੇ ਸੀਗੇ ਬਹੁਤ ਜ਼ਿਆਦਾ, ਤੁਸੀਂ ਦੇਖੇ ਹੋਣੇ ਆ, ਹੱਥ ਹੁਣ ਅੱਗੇ ਨਾਲੋਂ ਬਹੁਤ ਠੀਕ ਆ, ਜ਼ਖਮ ਵੀ ਕਾਫੀ ਠੀਕ ਆ, ਅੰਗੂਠਾ ਵੀ ਇੱਕ ਪੂਰਾ ਖਤਮ ਹੋ ਗਿਆ, ਪਰ ਇਹਨਾਂ ਦਾ ਪਰ ਹੱਥ ਆ, 4 ਉਂਗਲਾਂ ਦੇਖੋ ਤੁਸੀਂ ਦੇਖ ਸਕਦੇ ਹੋ ਨੇੜੇ ਕਰਕੇ, ਇਹ 4 ਉਂਗਲਾਂ ਬਚ ਗਈਆਂ ਜੀ। ਇਸੇ ਕਰਕੇ ਅਸੀਂ ਇਹਨਾਂ ਦਾ ਹੱਥ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਅਤੇ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਦੀ, ਇਹਨਾਂ ਦੇ ਵੀ ਮਨਪ੍ਰੀਤ ਅਤੇ ਆ ਮੁੰਡਾ ਪਾਲ ਆ ਜੀ ਦਰਿਆਲ ਸਾਡਾ, ਇਹ ਸੇਵਾ ਕਰਾਉਂਦੇ ਆ ਪੱਟੀਆਂ ਦੀ, ਸਾਰੀ ਬਹੁਤ ਮਦਦ ਕਰਦੇ। ਹਸਪਤਾਲ 'ਚ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਜੀ ਇਹਨਾਂ ਦੀ, ਅਤੇ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ 'ਤੇ, ਬਜ਼ੁਰਗਾਂ 'ਤੇ ਅਤੇ ਇਹਨਾਂ ਵੀਰਾਂ 'ਤੇ ਵੀ ਇਹ ਠੀਕ ਹੋ ਸਕਣ ਜੀ। ਬੜੇ ਵਕਤ ਦੇ ਮਾਰੇ ਹੋਏ ਆ ਜੀ ਇਹ ਬੰਦੇ ਵਿਚਾਰੇ, ਜਿਹੜੇ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ, ਪਟਿਆਲੇ ਵਰਗੇ ਸ਼ਹਿਰ 'ਚ, ਜਿੱਦਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਾਂ ਕਈ ਵੀਰ ਸਾਡੇ ਕੋਲ ਆਏ ਹੋਏ ਨੇ ਬਹਿਬਲ ਕਲਾਂ ਤੋਂ, ਬਾਬਾ ਜੀ ਆਏ ਹੋਏ ਨੇ, ਬੜਾ ਇਤਿਹਾਸਿਕ ਪਿੰਡ ਰਿਹਾ ਜੀ ਜਿਹੜਾ ਪਿੱਛੇ ਤੁਹਾਨੂੰ ਪਤਾ ਕਾਂਡ ਹੋਇਆ ਸੀ ਉੱਥੇ। ਇੱਦਾਂ ਹੀ ਇੱਕ ਬਾਬਾ ਜੀ ਸਾਡੇ ਕੋਲ ਇਹ ਆਏ ਹੋਏ ਆ ਜੀ, ਸ਼ੁਭਚਰਨ ਸਿੰਘ ਜੀ, ਇਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਸੀ ਬਾਬਾ ਜੀ ਸਾਡੇ ਕੋਲ, ਇਹ ਵੀ ਬੜੀ ਮਾੜੀ ਹਾਲਤ 'ਚ ਸੀਗੇ ਜੀ, ਅਤੇ ਇਹਨਾਂ ਦੀ ਲੱਤ ਦੇ ਵਿੱਚ ਇੱਕ 'ਚ ਬਹੁਤ ਜ਼ਿਆਦਾ ਕੀੜੇ ਪਏ ਹੋਏ ਸੀ, ਇੱਕ ਲੱਤ ਕੱਟੀ ਗਈ ਸੀਗੀ, ਅਤੇ ਹੁਣ ਬਾਬਾ ਜੀ ਕਾਫੀ ਠੀਕ ਹੈ, ਇਹਨਾਂ ਨੂੰ 3 ਕੁ ਦਿਨ ਪਹਿਲਾਂ ਹੀ ਛੁੱਟੀ ਮਿਲੀ ਹੈ ਜੀ ਹੋਸਪਿਟਲ ਤੋਂ, ਅਤੇ ਹੁਣ ਕਾਫੀ ਅੱਗੇ ਨਾਲ ਫਰਕ ਆ ਜੀ ਇਹਨਾਂ 'ਤੇ, ਗੁਰੂ ਮਹਾਰਾਜ ਦੀ ਕਿਰਪਾ ਨਾਲ। ਉਹ ਇਹਨਾਂ ਨੇ ਮਸ਼ੀਨ ਲਗਾ ਕੇ ਰੱਖੀ ਹੋਈ ਹੈ ਜੀ ਇੱਕ, ਅਤੇ ਜਿਹਦੇ ਨਾਲ ਇਹਨਾਂ ਦੇ ਪੈਰ ਦੇ ਵਿੱਚੋਂ ਇੱਕ ਪਾਈਪ ਲੱਗਿਆ ਹੋਇਆ ਵਾ, ਅਤੇ ਉਹਦੇ ਵਿੱਚੋਂ ਵੈਕਿਊਮ ਹੁੰਦਾ ਜੀ ਪੈਰ ਦੇ ਵਿੱਚੋਂ, ਇਹਨਾਂ ਦੇ ਪਾਈਪ ਦੇ ਰਾਹੀਂ ਸਾਰਾ ਵੈਕਿਊਮ ਕਰਕੇ ਉਹ ਮਸ਼ੀਨ ਦੇ ਵਿੱਚ ਜਾਂਦਾ ਜੀ। ਪਸ ਵਗੈਰਾ ਪੈਰ ਦੇ ਵਿੱਚ ਕਾਫੀ ਕੀੜੇ ਸੀਗੇ, ਹੁਣ ਸਾਫ਼ ਆ ਗਏ ਨਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਸੱਚੇ ਪਾਤਸ਼ਾਹ ਜੀ ਨਾਲ। ਅਤੇ ਬਸ ਇੱਦਾਂ ਹੀ ਅਸੀਂ ਸੇਵਾ 'ਚ ਲੱਗੇ ਹੋਏ ਹਾਂ ਜੀ ਸਾਰੇ ਰਲ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ।
ਤੇ ਆ ਸਾਹਮਣੇ ਸਾਡੀ ਜਿਹੜੀ ਬਣਾਈ ਹੋਈ ਬਿਲਡਿੰਗ ਆ ਜੀ, ਤੁਸੀਂ ਦੇਖ ਸਕਦੇ ਹੋ ਕੁਛ ਕਿਚਨ ਬਣਾਇਆ, ਥੋੜ੍ਹੀ ਜਿਹੀ ਛੋਟੀ ਜਿਹੀ ਬਿਲਡਿੰਗ ਬਣੀ ਹੋਈ ਹੈ ਸਾਡੀ, ਅਤੇ ਸ਼ੈੱਡਾਂ ਦਾ ਇੰਤਜ਼ਾਮ ਅਸੀਂ ਕਰ ਰਹੇ ਹਾਂ ਜੀ। ਅਸੀਂ ਸਾਰੇ ਵੀਰਾਂ ਭੈਣਾਂ ਨੂੰ ਵੀ ਜਿਹੜੇ ਸਾਡੇ ਸਾਰੇ ਪੇਜ ਨੂੰ ਫੋਲੋ ਕਰਦੇ ਆ ਜਾਂ ਜਿਹੜੇ ਸਾਡੇ ਇਸ ਇੱਕ ਮਨੁੱਖਤਾ ਦੇ ਪਹਿਲੇ ਕਦਮ 'ਤੇ ਸਾਡੀ ਹੈਲਪ ਕਰਦੇ ਆ, ਅਸੀਂ ਉਹਨਾਂ ਨੂੰ ਵੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਵੀ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰੀ ਤਨਦੇਹੀ ਨਾਲ ਇਸ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਪਰ ਸਾਨੂੰ ਕਈ ਚੀਜ਼ਾਂ ਦੀ ਲੋੜ ਆ, ਜਿਵੇਂ ਡਾਕਟਰ ਬੈੱਡ, ਕਈ ਬੰਦੇ ਬਹੁਤ ਜ਼ਿਆਦਾ ਬਿਮਾਰ ਨੇ ਅਤੇ ਉਹਨਾਂ ਲਈ ਡਾਕਟਰ ਬੈੱਡ ਦੀ ਲੋੜ ਆ। ਛੱਤ ਦਾ ਇੰਤਜ਼ਾਮ ਅਸੀਂ ਕਰ ਲਿਆ ਜੀ, ਤਕਰੀਬਨ ਗੁਰੂ ਮਹਾਰਾਜ ਦੀ ਕਿਰਪਾ ਨਾਲ 3 ਜਾਂ 4 ਦਿਨਾਂ ਦੇ ਵਿੱਚ ਵਿੱਚ ਸਾਡਾ ਸ਼ੈੱਡ ਪ੍ਰੋਪਰ ਪੈ ਜੂਗਾ ਜੀ, ਅਤੇ ਸਾਰੇ ਵੀਰਾਂ ਦੇ ਲਈ ਛੱਤ ਦਾ ਇੰਤਜ਼ਾਮ ਹੋ ਜੂਗਾ ਜੀ, ਅਤੇ ਉਹ ਲੱਗੇ ਹੋਏ ਆ ਜੀ ਸਾਰੇ। ਅਸੀਂ ਇੰਨਾ ਕੀ ਹੈਲਪ ਕਰ ਸਕਦੇ ਹੋ ਸਾਡੀ, ਇਹਨਾਂ ਦੀ ਇੱਕ ਤਾਂ ਸਿਹਤਯਾਬੀ ਵਾਸਤੇ ਅਰਦਾਸ ਕਰਿਆ ਕਰੋ ਜੀ ਜ਼ਰੂਰ, ਵੀ ਇਹਨਾਂ ਦੀ ਸਿਹਤਯਾਬੀ ਘੱਟੋ ਘੱਟ ਸਿਹਤ ਇਹਨਾਂ ਦੀ ਜਲਦੀ ਤੋਂ ਜਲਦੀ ਠੀਕ ਹੋ ਸਕੇ ਜੀ। ਅਤੇ ਇਹ ਜਿਹੜੇ ਹੋਰ ਵੀ ਵੀਰ ਵਕਤ ਦੇ ਮਾਰੇ ਹੋਏ ਆਲੇ ਦੁਆਲੇ ਬਹੁਤ ਜ਼ਿਆਦਾ ਰਹਿ ਰਹੇ ਆ, ਜਿਹਨਾਂ ਨੂੰ ਅਸੀਂ ਲਿਆਉਣਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਲਿਆ ਸਕੀਏ, ਉਹਨਾਂ ਦੀ ਸੇਵਾ ਕਰ ਸਕੀਏ ਜੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ ਜੀ ਸਾਡੀ ਟੀਮ 'ਤੇ, ਸਾਡੇ ਸਾਰੇ ਵੀਰ ਜਿਹੜੇ ਵਲੰਟੀਅਰ ਕੰਮ ਕਰਨ ਲੱਗੇ ਹੋਏ ਆ, ਜਿਹੜੇ ਇੱਦਾਂ ਦੀਆਂ ਸੇਵਾਵਾਂ ਕਰਦੇ ਆ, ਇੰਨੇ ਮਾੜੇ ਹਾਲਾਤਾਂ ਦੇ ਵਿੱਚ ਬਜ਼ੁਰਗਾਂ ਦੇ ਨਾਲ ਰਹਿੰਦੇ ਆ, ਅਤੇ ਉਹਨਾਂ ਦੀ ਸਿਹਤਯਾਬੀ ਵਾਸਤੇ ਉਹਨਾਂ ਨੂੰ ਵੀ ਅਰਦਾਸ ਕਰਿਆ ਕਰੋ ਜੀ। ਅਤੇ ਸਾਡਾ ਨੰਬਰ ਆ ਜਿਹੜਾ ਤੁਸੀਂ ਸਾਰੇ ਵੀਰ ਜਾਣਦੇ ਹੀ ਆ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਜਿਹੜਾ ਪੇਜ ਦਾ ਤੁਹਾਡਾ ਇੱਕ ਨੰਬਰ ਆ ਜੀ 97-803-0071 ਨੰਬਰ ਆ ਜੀ। ਜੇ ਕੋਈ ਵੀਰ ਇਹਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਜਾਂ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੰਬਰ 'ਤੇ ਕਰ ਸਕਦਾ ਜੀ। ਅਤੇ ਇੰਨੀਆਂ ਅਸੀਂ ਗੱਲਾਂ ਕਰਨੀਆਂ, ਜਾਣਕਾਰੀ ਦੇਣੀ ਸੀ। ਅੱਜ ਮੌਸਮ ਬੜਾ ਖਰਾਬ ਸੀ, ਸਾਨੂੰ ਅਸੀਂ ਚਾਹੁੰਦੇ ਸੀਗੇ ਵੀ ਘੱਟੋ ਘੱਟ ਸੰਗਤ ਨੂੰ ਇਹਦੇ ਬਾਰੇ ਜਾਣੂ ਕਰਾਇਆ ਜਾਵੇ ਵੀ ਅਸੀਂ ਕਿਸ ਹਾਲਾਤਾਂ ਦੇ ਵਿੱਚ ਅਸੀਂ ਸੇਵਾ ਕਰ ਰਹੇ ਹਾਂ। ਦੇਖੋ ਸਾਡੇ ਗੁਆਂਢੀਆਂ ਲੜਕੇ ਉੱਪਰ ਕਿੱਥੇ ਚੜ੍ਹੇ ਹੋਏ ਵਿਚਾਰੇ, ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੂੰ ਮੀਂਹ ਕਣੀ ਤੋਂ ਬਚਾਇਆ ਜਾਵੇ। ਬਿਮਾਰ ਬੰਦੇ ਕਾਫੀ ਕ੍ਰਿਟੀਕਲ ਸਟੇਜ 'ਤੇ ਆ ਕਈ ਬੰਦੇ ਤਾਂ, ਕਿਉਂਕਿ ਇੰਨਾ ਟਾਈਮ ਅਸੀਂ ਉਹਨਾਂ ਨੂੰ ਹੋਸਪਿਟਲ ਵੀ ਨਹੀਂ ਰੱਖ ਸਕਦੇ ਦਾ ਵੀ ਸਾਰਿਆਂ ਨੂੰ ਹੋਸਪਿਟਲ ਹੀ ਐਡਮਿਟ ਰੱਖੀਏ, ਕਿਉਂਕਿ ਇੰਨਾ ਵੀ ਸਾਡੇ ਕੋਲ ਹਜੇ ਗੁਜਾਇਸ਼ ਨਹੀਂ ਹੈਗੀ। ਪਰ ਗੁਰੂ ਮਹਾਰਾਜ ਕਿਰਪਾ ਕਰਨ ਇੱਦਾਂ ਹੀ ਗੁਰੂ ਠੀਕ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।